ਇਹਨਾਂ ਨੂੰ ਬਰਾਮਦੀ ਹੋਏ ਜਿਹਨਾਂ ਛੱਟੇ ਆਏ ਨਾ ਪਤਾ ਨਹੀਂ ਵੀਜੀ ਮੈਨੂੰ ਆਪਣੇ ਰੱਬ ਨੂੰ ਜਾਣ ਦੇਣੀ ਸਾਨੂੰ ਕੁਛ ਨਹੀਂ ਪਤਾ ਹੈ ਲੈ ਕੇ ਜਾਣੀ ਮੈਂ ਤਾਂ ਉਹ ਤੋਂ ਕਾਗਜ਼ੇ ਚੱਕਣ ਆਈ ਸੀਗੀ ਮੈਂ ਕਿਹਾ ਉਹ ਤਾਂ ਮੂਰੇ ਆ ਲੈ ਮੈਂ ਆਪਾਂ ਬੁਲਾ ਕੇ ਇਹਨਾਂ ਨੂੰ ਬਿਆਹ ਕਰ ਲਿਆ ਕਿਤੇ ਛੱਟੇ ਸੀਗੇ ਇੱਕ ਇਕੱਠੇ ਕਰ ਕਰਕੇ ਰੱਖੇ ਹੋਏ ਹੋਣੇ ਆ ठीक है मेरा नाम कुलदीप कौर है जी हाँ जी वो पिछे नाल दे पुलिस वाले आए थे उन्हां दे कोई कुछ कोई चीज होनी है जी सानू नहीं देखो जी पता है मैं ऐसे क्यों कहना वा भी साढ़े उन्होंने रात नू थैला सिरता जी डाटे ना भरिया होया बोतलां दारू दूरू दियां बोतलां सीगियां जी हाँ जी हाँ जी मुंडे ने मेरे ने करी सी जी हाँ जी ना पुलिस नहीं जी आई है मुंडे ने 100 नंबर ते मेरे ने फोन किया रात इन्हां दे मैडम दे घरे जी हाँ जी SHO ने उन्होंने उन्होंने नंबर देता जी कहते उत्थे फोन कर दो कहते जी कोई गल नहीं जी कोई गल नहीं जी अभी देखते हैं जी मुड़ के कोई नहीं आया जी फिर मैं जी मैं दुकान से खड़ी सी जी मैं उत्ते लट्टा मार दी देखे ने रात आई है जी रात 8 बजे का टाइम होगा जी ਅੱਜ ਥਾਣਾ ਸਿਟੀ ਦੇ SI ਸਰਾਜਦੀਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗੈਂਗ ਹੈ ਜਿਹੜਾ ਦੇਸੀ ਸ਼ਰਾਬ ਨੂੰ ਅੰਗਰੇਜ਼ੀ ਸ਼ਰਾਬ ਵਿੱਚ ਬਦਲ ਕੇ ਨਜਾਇਜ਼ ਤੌਰ 'ਤੇ ਵੇਚਦਾ ਅਤੇ ਚੋਰੀ ਦੇ ਮੋਟਰਸਾਈਕਲ ਵੀ ਉਹਨਾਂ ਦੇ ਕੋਲ ਨੇ ਜਿਸ 'ਤੇ SI ਸਰਾਜਦੀਨ ਨੇ ਸਪੈਸ਼ਲ ਰੇਡ ਕਰਕੇ ਉਹਦੇ ਘਰ ਰੇਡ ਕੀਤਾ ਤਾਂ ਉੱਥੋਂ ਨਜਾਇਜ਼ ਸ਼ਰਾਬ ਪਲੱਸ ਜਿਹੜੇ ਉਹ ਸ਼ਰਾਬ ਨੂੰ ਕਨਵਰਟ ਕਰਦੇ ਸੀ ਦੂਜੀਆਂ ਹੋਰ ਬੋਤਲਾਂ ਨੂੰ ਪੈਕ ਕਰਨ ਵਾਲਾ ਸਾਰਾ ਸਮਾਨ ਪਲੱਸ 2 ਜਿਹੜੇ ਚੋਰੀ ਦੇ ਮੋਟਰਸਾਈਕਲ ਉੱਥੋਂ ਬਰਾਮਦ ਹੋ ਗਏ ਨੇ ਹਜੇ ਤਫਤੀਸ਼ ਜਾਰੀ ਹੈ ਉਹਨਾਂ ਵਿੱਚੋਂ 2 ਬੰਦੇ ਜਿਹੜੇ ਅਸੀਂ ਅਰੈਸਟ ਕਰ ਲਿਆ 3 ਜਿਹੜੇ ਉਹ ਭਗੋੜੇ ਨੇ ਤਫਤੀਸ਼ ਜਾਰੀ ਹੈ ਜੋ ਵੀ ਅਗਲੀ ਕਾਰਵਾਈ ਹੋਈ ਅਮਲ 'ਚ ਲਿਆਂਦੀ ਜਾਏਗੀ ਨਜਾਇਜ਼ ਸ਼ਰਾਬ ਕਿੰਨੀ ਫੜੀ ਗਈ ਕਿੰਨੇ ਮਾਤਰਾ 4 ਪੇਟੀਆਂ ਸ਼ਰਾਬ ਦੀਆਂ ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਫੜੀ ਗਈਆਂ ਖਾਲੀ ਬੋਤਲਾਂ ਨਹੀਂ ਬਟ ਜਿਹੜੇ ਸ਼ਰਾਬ ਨੂੰ ਕਨਵਰਟ ਕਰਨ ਵਾਲੇ ਜਿਹੜੇ ਉਹਦੇ ਹੁੰਦੇ ਨੇ ਜਿਹੜਾ ਸੀਲ ਜਿਹਨੂੰ ਆਪਾਂ ਕਹਿੰਦੇ ਹਾਂ ਕੌਕ ਉਹ ਸਾਰੇ 2 ਬੋਰੀਆਂ ਬਰਾਮਦ ਹੋਏ ਨੇ